ਫਿਰੋਜ਼ਪੁਰ ਦੇ ਬੱਸ ਸਟੈਂਡ ਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਕੰਡਕਟਰ ਨੇ ਪੁਲਿਸ ਮੁਲਾਜ਼ਮ ਦੇ ਨਾਲ ਜਿੱਥੇ ਮਾਰਕਟਾਈ ਕੀਤੀ ਤੇ ਮਾਮੂਲੀ ਵਾਦ ਤੋਂ ਬਾਅਦ ਕੰਡਕਟਰ ਨੇ ਪੁਲਿਸ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋ ਪੁਲਿਸ ਮੁਲਾਜ਼ਮ ਨੇ ਡਰਾਈਵਰ ਤੇ ਕੰਡਕਟਰ ਖਿਲਾਫ ਸਖਤ ਕਾਰਵਾਈ ਦੀ ਜਿੱਥੇ ਮੰਗ ਕੀਤੀ ਹੈ ਤਾਂ ਉੱਥੇ ਹੀ ਮੌਕੇ ਤੇ ਪੁਲਿਸ ਤਫਤੀਸ਼ ਕਰ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਸੋ ਫਿਰੋਜ਼ਪੁਰ ਤੋਂ ਇਹ ਜ਼ਬਰਦਸਤ ਹੰਗਾਮੇ ਦੀ ਤਸਵੀਰਾਂ ਸਭ ਬਣੀਆਂ ਨੇ ਜੋ ਕਿ ਤੁਹਾਡੀ ਟੀਵੀ ਸਕਰੀਨ ਤੇ ਨੇ। ਸੋ ਕੰਡਕਟਰ ਨੇ ਪੁਲਿਸ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ, ਥੋੜ੍ਹਾ ਜਿਹਾ ਵਿਵਾਦ ਹੋਇਆ, ਜਿਸ ਤੋਂ ਬਾਅਦ ਨੌਬਤ ਇੱਥੇ ਤੱਕ ਪਹੁੰਚ ਗਈ ਕਿ ਕੰਡਕਟਰ ਨੇ ਪੁਲਿਸ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉੱਧਰ ਪੁਲਿਸ ਮੁਲਾਜ਼ਮ ਨੇ ਡਰਾਈਵਰ ਅਤੇ ਕੰਡਕਟਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਜੇ ਅਸੀਂ ਆਏ ਹਾਂ, ਮੈਂ ਕਨੈਕਟਰ ਕੋਲ ਆਇਆ, ਕਨੈਕਟਰ ਦੀ ਬੱਸ ਆਈ ਇੱਥੋਂ 10:25 'ਤੇ ਚੱਲਦੀ। ਮੈਂ ਉਹਨੂੰ ਪੁੱਛਿਆ ਵੀਰੇ ਵੀ ਤੁਹਾਡਾ ਕੀ ਨਾਮ ਹੈ, ਕਹਿੰਦਾ ਜੀ ਸਰਬਜੀਤ ਰਾਜਵੀਰ। ਅਤੇ ਡਰਾਈਵਰ ਨੂੰ ਪੁੱਛਿਆ, ਕਹਿੰਦਾ ਜੀ ਮੇਰਾ ਨਾਮ ਬਲਜੀਤ। ਮੈਂ ਕਿਹਾ ਵੀਰੇ ਤੁਸੀਂ ਕੱਲ੍ਹ ਆਹ ਹਰਕਤ ਕੀਤੀ ਹੈ ਅਤੇ ਜਿਹੜੀ ਸਹੀ ਨਹੀਂ ਹੈਗੀ। ਮੈਂ ਕਿਹਾ ਯਾਰ ਜਿਹੜੀਆਂ ਸਹੂਲਤਾਂ ਦਿੱਤੀਆਂ ਸਰਕਾਰ ਨੇ ਦਿੱਤੀਆਂ, ਨਾ ਕਿ ਕਿਸੇ ਨੇ ਦਿੱਤੀਆਂ। ਇਹ ਮੈਨੂੰ ਅੱਗੋਂ ਕਹਿੰਦੇ ਜੀ ਤੂੰ ਜੇ ਪੁਲਿਸ ਦੇ ਵਿੱਚ ਥਾਣੇਦਾਰ ਹੈ ਤਾਂ ਤੂੰ ਉਹਨੂੰ ਕਿਰਾਇਆ ਦੇ ਕੇ ਤੋਰਦਾ। ਮੈਂ ਕਿਹਾ ਵੀਰੇ ਮੈਂ ਤੈਨੂੰ ਬੱਸ ਪੁੱਛ ਕੇ ਚੜਾਇਆ। ਇਹ ਡਰਾਈਵਰ ਅਤੇ ਕਨੈਕਟਰ ਨੇ ਕਿਹਾ? ਹਾਂ, ਮੈਂ ਕਿਹਾ ਮੈਂ ਤੁਹਾਡੇ 'ਤੇ ਦਰਖਾਸਤ ਦੇਊਂਗਾ। ਇਹ ਉੱਥੋਂ ਗਾਲਾਂ ਕੱਢਣ ਲੱਗ ਪਏ। ਇੱਕ ਇਹਨਾਂ ਦੇ ਨਾਲ ਤੀਸਰਾ ਬੰਦਾ ਸੀ ਬੱਸ ਦੇ ਵਿੱਚ, ਉਹ ਉਤਰ ਕੇ ਆਇਆ, ਉਹ ਸਾਡੇ ਗੱਲ ਪੈ ਗਿਆ, ਮੇਰੇ ਵੀ ਪੈ ਗਿਆ, ਬੇਟੇ ਦੇ ਵੀ ਪੈ ਗਿਆ। ਉਸ ਤੋਂ ਬਾਅਦ ਇਹਨਾਂ ਦੇ ਸਾਰਾ ਜਿਹੜਾ ਬੱਸ ਸਟਾਫ ਇਹਨਾਂ ਦਾ ਹੈਗਾ, ਕਨੈਕਟਰ ਸਟਾਫ, ਡਰਾਈਵਰ ਸਟਾਫ ਹੈ ਇਹਨਾਂ ਦੇ, ਬੱਸ ਅੱਡੇ ਦੇ ਸਾਰੇ ਗਏ ਬੰਦੇ, ਉਹ ਇਕੱਠੇ ਹੋ ਗਏ ਅਤੇ ਸਾਡੇ ਗੱਲ ਪੈ ਗਿਆ। ਤਾਂ ਇਸ ਦੇ ਨਾਲ ਹੀ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਰਜੇਸ਼ ਜੀ ਜੁੜੇ ਨੇ। ਰਜੇਸ਼ ਜੀ, ਜਿਹੜਾ ਫਿਰੋਜ਼ਪੁਰ ਤੋਂ ਬੱਸ ਸਟੈਂਡ 'ਤੇ ਜਿਹੜਾ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਆਖਿਰ ਅਸਲੀਅਤ ਕੀ ਹੈ, ਕੀ ਕੁਝ ਜਿਹੜਾ ਹੈ ਗੱਲਬਾਤ ਹੋਈ ਜਿਸ ਤੋਂ ਬਾਅਦ ਇੰਨਾ ਵਿਵਾਦ ਹੋ ਗਿਆ? ਨਾਲ ਜਿਹੜੀ ਹੈ, ਜਿਹੜੇ ਰੋਡਵੇਜ ਦੇ ਸਟਾਫ ਨੇ ਕੁੱਟਮਾਰ ਦੇ ਅੱਗੇ ਕੀਤੀ ਗਈ ਸੀ। ਇਹ ਵੀ ਘਟਨਾ ਜਿਹੜੀ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਆਪਣੀ ਵਾਈਫ ਨੂੰ ਤੇ ਇਹਦੇ ਨਾਲ ਕੋਈ ਦੋ ਲੋਕ ਹੋਰ ਸੀ ਲੇਡੀਜ਼ ਜਿਹੜੀਆਂ, ਜਿਨ੍ਹਾਂ ਨੇ ਕਿਸੇ ਡੈਥ ਦੇ ਉੱਪਰ ਘੁਬਾਏ ਦੇ ਕੋਲ ਅੰਬਾਵਤੂ ਪਿੰਡ ਜਾਣਾ ਸੀਗਾ, ਅਤੇ ਇਸਨੇ ਜਿਹੜੀ ਇਹ ਲੁਧਿਆਣਾ ਰੋਡਵੇਜ਼ ਦਾ ਡਿਪੂ ਦੀ ਬੱਸ ਸੀ ਅਤੇ ਇਸਨੇ ਪੁੱਛਿਆ ਕਿ ਉਹਨਾਂ ਨੂੰ ਉੱਥੇ ਉਤਾਰ ਦਿਓਗੇ, ਤਾਂ ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਸਾਡਾ ਸਟਾਪੇਜ ਨਹੀਂ ਹੈਗਾ, ਅਸੀਂ ਘੁਬਾਏ ਉਤਾਰ ਦਿਆਂਗੇ। ਇਸ ਦੇ ਬਾਅਦ ਜਿਹੜਾ ਹੈ, ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਕਿ ਉਹਨਾਂ ਦੀ ਵਾਈਫ ਨੂੰ ਜਿਹੜਾ ਘੁਬਾਇਆ ਉਤਾਰਿਆ, ਕਿ ਜਿਹਦੇ ਦੋ ਲੋਕ ਉੱਤਰ ਗਏ ਸੀ, ਉਸਦੀ ਵਾਈਫ ਜਿਹੜੀ ਅਜੇ ਇੱਕ ਲੱਖ ਨੀਚੇ ਸੀ, ਔਰ ਇੱਕ ਜਿਹੜਾ ਡੰਡਾ ਫੜ ਕੇ ਕਰੀ ਸੀ, ਅਤੇ ਡਰਾਈਵਰ ਨੇ ਜਿਹੜਾ ਹੈ ਫਟਾਫਟ ਬੱਸ ਚਲਾ ਦਿੱਤੀ, ਜਿਸ ਤੋਂ ਬਾਅਦ ਉਹ ਨਾਲ ਕੇ ਸਿੱਟਦੀ ਗਈ। ਜਦੋਂ ਪਬਲਿਕ ਨੇ ਸ਼ੋਰ ਮਚਾਇਆ, ਜਿਹੜੀ ਬੱਸ 'ਚ ਹੋਰ ਸਵਾਰੀਆਂ ਬੈਠੀਆਂ ਸੀ ਉਹਨਾਂ ਨੇ ਸ਼ੋਰ ਮਚਾਇਆ, ਤਾਂ ਜਦੋਂ ਹੈ ਉਦੋਂ ਡਰਾਈਵਰ ਨੇ ਬੱਸ ਉੜੀ ਦਿੱਤੀ, ਨੀਚੇ ਗਿਰ ਗਈ, ਉਹਨੇ ਕਾਫੀ ਸੱਟਾਂ ਲੱਗੀਆਂ, ਲੇਕਿਨ ਉਹਨੇ ਘਰ ਆ ਕੇ ਨਹੀਂ ਦੱਸਿਆ। ਰਾਤ ਨੂੰ ਜਦੋਂ ਇਹ ਵਾਪਸ ਘਰ ਆਏ ਹੈ, ਅਤੇ ਇਹ ਜਿਹੜਾ ਹੈਗਾ ASI, ਇਸਨੇ ਕਿਹਾ ਕੀ ਗੱਲ ਹੈ, ਇਸ ਤਰ੍ਹਾਂ ਗੱਲ ਹੈਗੀ, ਅਤੇ ਇਹ ਜਿਹੜਾ ਹੈ ਆਪਣੇ ਬੇਟੇ ਦੇ ਨਾਲ ਅੱਜ ਉਸੇ ਡਿਪੂ ਦੀ ਉਸੇ ਬੱਸ 'ਤੇ, ਜਿਹੜੀ ਕਿ ਰੋਜ਼ਾਨਾ ਹੀ 10:30 ਇੱਥੋਂ ਚੱਲਦੀ ਹੈ, ਉਸਦੇ ਨਾਲ ਗੱਲ ਕਰਨ ਆਇਆ। ਇਹਨਾਂ ਨੇ ਗੱਲ ਕੀਤੀ ਕਿ ਤੁਹਾਡਾ ਰਵੱਈਆ ਠੀਕ ਨਹੀਂ ਹੈਗਾ, ਸਰਕਾਰ ਨੇ ਜੋ ਠੀਕ ਆ। ਉਸ ਤੋਂ ਬਾਅਦ ਜਿਹੜਾ ਪੂਰਾ ਜਿਹੜੇ ਰੋਡਵੇਜ਼ ਦੇ ਸਟਾਫ ਹੈਗਾ ਉਹ ਇਹਨਾਂ ਦੇ ਗੱਲ ਪੈ ਗਿਆ। ਇਸਦੇ ਬੇਟੇ ਨਾਲ ਵੀ ਕੁੱਟਮਾਰ ਕੀਤੀ ਗਈ, ਔਰ ਇਸਦੇ ਨਾਲ ਵੀ ਜਿਹੜੀ ਹੈ ਕੁੱਟਮਾਰ ਕੀਤੀ ਗਈ, ਔਰ ਇਹ ਬੜੀ ਮੰਦਭਾਗੀ ਘਟਨਾ ਹੈ, ਕਿਉਂਕਿ ਜਿਹੜੀ ਵੀ ਸਕੀਮ ਚਲਾਉਂਦੀ ਹੈ ਉਹ ਸਰਕਾਰ ਚਲਾਉਂਦੀ ਹੈ, ਬੱਸ ਵਾਲੇ ਡਰਾਈਵਰ ਜਾਂ ਕੰਡਕਟਰ ਦਾ ਕੰਮ ਹੈ ਉਸ ਨਾਲ ਪਾਲਣਾ ਕਰਨੀ, ਨਾ ਕਿ ਉਲਟਾ ਗੁੰਡਾਗਰਦੀ ਕਰਨੀ। ਜੀ।